ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਗੁਰਜੀਤ ਸਿੰਘ ਚੈਨਲ, ਅਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਅੱਜ ਆਪਾਂ ਗੱਲ ਕਰਨ ਵਾਲੇ ਹਾਂ ਵਾਰਨਿੰਗ 2 ਫਿਲਮ ਦੀ। ਵਾਰਨਿੰਗ 2 ਫਿਲਮ ਦਾ ਤੁਹਾਨੂੰ ਪਤਾ ਹੀ ਹੈ ਕਿ ਵਾਰਨਿੰਗ ਜਿਹੜੀ ਪਹਿਲਾਂ ਆਈ ਸੀ ਉਹਨੇ ਕਿੰਨੀ ਧੂਮ ਮਚਾਈ ਸੀ, ਅਤੇ ਥੋੜ੍ਹੇ ਦਿਨ ਪਹਿਲਾਂ ਇਹਦਾ ਟੀਜ਼ਰ ਛੱਡਿਆ ਗਿਆ ਸੀ, ਅਤੇ ਹੁਣ 1-2 ਦਿਨ ਹੋਏ ਨੇ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਅਤੇ ਟ੍ਰੇਲਰ ਦੇ ਵਿੱਚ ਕਾਫੀ ਸਟੋਰੀ ਰਿਵੀਲ ਹੋ ਗਈ ਹੈ ਵੀ ਕਿ ਜਿਹਦੀ ਬੈਕਗਰਾਉਂਡ ਵੀ ਉਹਦੇ ਵਿੱਚ ਵਿਖਾਈ ਜਾਏਗੀ, ਅਤੇ ਪੰਮਾ ਇਹ ਤੋਂ ਬਾਅਦ ਕੀ ਕਰ ਰਿਹਾ। ਪੰਮਾ ਬਾਈ ਜੀ ਦੇ ਥਾਂ 'ਤੇ ਵੀ ਚਲਾ ਜਾਂਦਾ, ਅਤੇ ਉੱਥੇ ਜਾ ਕੇ ਕਹਿੰਦਾ ਕਿ ਮੇਰਾ ਮੰਜਾ ਕਿਸੇ ਨੇ ਮੱਲਿਆ ਤਾਂ ਨਹੀਂ। ਅਤੇ ਉਹਦੇ 'ਚ ਥੋੜ੍ਹੇ ਜਿਹੇ ਫਨੀ ਕਰੈਕਟਰ 'ਚ ਵੀ ਪੰਮਾ ਦਿਖਾਈ ਦੇ ਰਿਹਾ ਕਿ ਜਿੱਦਾਂ ਦਾ ਉਹਦਾ ਕਰੈਕਟਰ ਪਹਿਲਾਂ ਸੀਗਾ, ਹੈਲਥੀ ਜਿਹਾ ਕਰੈਕਟਰ ਬਣਾ ਕੇ। ਅਤੇ ਇਹ ਵੀ ਦੱਸਦਾ ਕਿ ਮੈਂ ਇਹਨੂੰ ਮਾਰਿਆ, ਮੈਂ ਕਿਹੜਾ ਗੇਜੇ ਤੋਂ ਘੱਟ ਆ, ਪਰ ਉਹਨੂੰ ਵਿੱਚੋਂ ਵਿੱਚ ਗੇਜੇ ਤੋਂ ਡਰ ਲੱਗਦਾ ਹੁੰਦਾ। ਅਤੇ ਗੇਜੇ ਬਾਰੇ ਤਾਂ ਤੁਸੀਂ ਸੁਣ ਹੀ ਚੁੱਕੋ, ਗੇਜਾ ਕੌਣ ਹੈ ਇਸ ਫਿਲਮ ਦੇ ਵਿੱਚ? ਗਿੱਪੀ ਗਰੇਵਾਲ ਹੈ। ਅਤੇ ਗਿੱਪੀ ਗਰੇਵਾਲ ਦੀ ਐਂਡ ਦੇ ਵਿੱਚ ਬੈਕਗਰਾਉਂਡ ਸਟੋਰੀ ਵੀ ਦਿਖਾਈ ਜਾਂਦੀ ਹੈ ਵੀ ਉਹ ਕਿਸੇ ਨੂੰ ਪਿਆਰ ਕਰਦਾ ਹੁੰਦਾ, ਅਤੇ ਉਹ ਕੁੜੀ ਦੇ ਨਾਲ ਦਿਸਦਾ, ਅਤੇ ਫਿਰ ਇੱਕੋਦਮ ਭੱਜ ਕੇ ਅੱਗੇ ਜਾਂਦਾ। ਫਿਰ ਉਦੋਂ ਬਾਅਦ ਉਹਦੀ ਸਟੋਰੀ ਨਹੀਂ ਦਿਖਾਈ ਗਈ, ਯਾਨੀ ਕਿ ਲੋਕਾਂ ਦੇ ਵਿੱਚ ਉਤਸੁਕਤਾ ਬਣਾਈ ਗਈ ਹੈ। ਗਿੱਪੀ ਗਰੇਵਾਲ ਇਸ ਚੀਜ਼ ਨੂੰ ਬਣਾ ਰਹੇ ਨੇ, ਐਕਸ਼ਨ ਮੂਵੀ ਬਣਾ ਰਹੇ ਨੇ, ਅਤੇ ਤੁਹਾਨੂੰ ਪਤਾ ਹੀ ਹੈ ਕਿ ਵਾਰਨਿੰਗ ਉਹਨਾਂ ਨੇ ਪਹਿਲਾਂ ਕਿੰਨੀ ਸੋਹਣੀ ਬਣਾਈ ਹੈ। ਪਹਿਲਾਂ ਅਸੀਂ ਸਮਝਦੇ ਸੀ ਕਿ ਗਿੱਪੀ ਗਰੇਵਾਲ ਸ਼ਾਇਦ ਇੰਨਾ ਵੋ ਨਹੀਂ ਹੈਗਾ, ਕੀ ਕਹਿੰਦੇ ਹੁੰਦੇ ਨੇ, ਇੰਨਾ ਟੈਲੈਂਟ ਨਹੀਂ ਹੈ, ਪਰ ਟੈਲੈਂਟ ਬਹੁਤ ਹੈ। ਇਸ ਫਿਲਮ ਨੂੰ ਦੇਖ ਕੇ ਲੱਗਦਾ ਕਿ ਗਿੱਪੀ ਗਰੇਵਾਲ ਆਲਰਾਊਂਡਰ ਨੇ, ਅਤੇ ਆਲਰਾਊਂਡਰ ਹਰੇਕ ਫੀਲਡ ਵਿੱਚ ਸੈੱਟ ਹੁੰਦੇ ਨੇ, ਅਤੇ ਟਾਈਮ ਦੇ ਹਿਸਾਬ ਨਾਲ ਉਹ ਹਰੇਕ ਫੀਲਡ ਦੇ ਵਿੱਚ ਨਿਖਰਦੇ ਹੀ ਜਾਂਦੇ ਨੇ, ਜਿੱਦਾਂ ਕਿ ਇਸ ਫਿਲਮ ਦੇ ਵਿੱਚ ਗਿੱਪੀ ਗਰੇਵਾਲ ਨਜ਼ਰ ਆ ਰਹੇ ਨੇ। ਉਹਨਾਂ ਦੀ ਐਕਟਿੰਗ ਦੇ ਵਿੱਚ ਕੋਈ ਕਮੀ ਨਹੀਂ, ਉਹਨਾਂ ਦੀ ਡਾਇਰੈਕਟਿੰਗ ਦੇ ਵਿੱਚ ਕੋਈ ਕਮੀ ਨਹੀਂ, ਉਹਨਾਂ ਦੀ ਪ੍ਰੋਡਿਊਸਿੰਗ ਦੇ ਵਿੱਚ ਕੋਈ ਕਮੀ ਨਹੀਂ, ਅਤੇ ਜੋ ਉਹਨਾਂ ਨੇ ਲਿਖਿਆ ਰਿਟਨ ਦੇ ਵਿੱਚ ਵੀ ਕੋਈ ਕਮੀ ਨਹੀਂ। ਸਾਰੇ ਡਾਇਲੋਗ ਇੰਨੇ ਘੈਂਟ ਅਤੇ ਜ਼ਬਰਦਸਤ ਨੇ, ਅਤੇ ਪੰਮੇ ਨੂੰ ਉਹਨਾਂ ਨੇ ਨਿਖਾਰ ਕੇ ਅੱਗੇ ਲੈ ਕੇ ਆਉਂਦਾ। ਪਹਿਲਾਂ ਪੰਮੇ ਦੀ ਇੰਨੀ ਗੱਲਬਾਤ ਨਹੀਂ ਸੀ, ਪਰ ਇਸ ਫਿਲਮ ਤੋਂ ਬਾਅਦ ਉਹ ਇੱਕ ਲੀਡਿੰਗ ਹੀਰੋ ਵਾਂਗੂ ਕੰਮ ਕਰ ਸਕਦੇ ਨੇ। ਉਹਨਾਂ ਦੀ ਚੜ੍ਹਾਈ ਇੰਨੀ ਹੋ ਚੁੱਕੀ ਹੈ। ਬਾਕੀ ਇਸ ਫਿਲਮ ਨੂੰ ਜਦੋਂ ਤੁਸੀਂ ਵੇਖੋਗੇ, ਫਿਲਮ ਵੇਖ ਕੇ ਤੁਹਾਨੂੰ ਪਤਾ ਲੱਗਣਾ ਕਿ ਫਿਲਮ ਦੇ ਵਿੱਚ ਕੀ ਕੁਛ ਹੈ ਅਤੇ ਕੀ ਕੁਛ ਨਹੀਂ ਹੈ। ਬਾਕੀ ਇਹਦਾ ਟ੍ਰੇਲਰ ਸਾਊਥ ਦੀਆਂ ਫਿਲਮਾਂ ਦੇ ਵਾਂਗੂ ਦਿਖਾਇਆ ਗਿਆ ਕਿ ਫਿਲਮ ਦੇ ਵਿੱਚ ਸਟੋਰੀ ਵੀ ਦੱਸੀ ਗਈ, ਲੋਕਾਂ ਦੀ ਉਤਸੁਕਤਾ ਵੀ ਬਣਾਈ ਗਈ, ਅਤੇ ਸਟੋਰੀ ਦੇ ਕੁਛ ਕੁਛ ਪਾਰਟ ਦੱਸੇ ਗਏ ਤਾਂ ਕਿ ਲੋਕਾਂ ਦੇ ਦਿਲ ਵਿੱਚ ਇਹ ਹੋਵੇ ਕਿ ਅੱਗੇ ਕੀ ਹੋਏਗਾ, ਅਤੇ ਫਿਲਮ ਨੂੰ ਦੇਖਣ ਲਈ ਲੋਕ ਉਤਸੁਕ ਹੋ ਜਾਣ। ਇਸ ਚੀਜ਼ ਨੂੰ ਇਸ ਫਿਲਮ ਦੇ ਵਿੱਚ ਜ਼ਰੂਰ ਦਿਖਾਇਆ ਗਿਆ, ਇਸ ਟ੍ਰੇਲਰ ਦੇ ਵਿੱਚ, ਇਸ ਟ੍ਰੇਲਰ ਦੇ ਰੂਪ ਵਿੱਚ ਇਸ ਫਿਲਮ ਨੂੰ ਨਿਖਾਰ ਕੇ ਅੱਗੇ ਲਿਆਂਦਾ ਗਿਆ। ਅਤੇ ਲੋਕਾਂ ਦਾ ਕੀ ਕਹਿਣਾ, ਜਦੋਂ ਦੀ ਮੈਂ ਇਹ ਟ੍ਰੇਲਰ ਵੇਖਿਆ ਮੇਰਾ ਦਿਲ ਕਰ ਰਿਹਾ ਕਿ ਮੈਂ ਫਿਲਮ ਵੇਖਣ ਹੁਣੇ ਹੀ ਜਾਵਾਂ, ਕਦੋਂ ਇਹ ਫਿਲਮ ਰਿਲੀਜ਼ ਹੋਏਗੀ। ਅਤੇ ਇੱਕ ਟ੍ਰੇਲਰ ਦਾ ਇਹੀ ਮਕਸਦ ਹੁੰਦਾ ਕਿ ਲੋਕਾਂ ਨੂੰ ਫਿਲਮ ਦਿਖਾਉਣ ਲਈ ਉਤਸੁਕ ਕਰਨਾ, ਅਤੇ ਫਿਲਮ ਦਿਖਾਉਣ ਲਈ ਇੱਕ ਉਤਾਵਲੇ ਕਰ ਦੇਣਾ। ਇਸ ਫਿਲਮ ਦਾ ਟ੍ਰੇਲਰ ਹੈ। ਹੁਣ ਟ੍ਰੇਲਰ ਜਦੋਂ ਤੁਸੀਂ ਵੇਖੋਗੇ ਫਿਰ ਤੁਹਾਨੂੰ ਪਤਾ ਲੱਗੇਗਾ। ਹੁਣ ਟ੍ਰੇਲਰ ਜਲਦੀ ਜਲਦੀ ਇਸ ਫਿਲਮ ਦਾ ਵੇਖੋ ਜਾ ਕੇ, ਅਤੇ ਦੇਵ ਇਸ ਫਿਲਮ ਦੇ ਵਿੱਚ ਆ ਰਹੇ ਨੇ, ਜੋ ਕਿ ਹਿੰਦੀ ਫਿਲਮਾਂ ਦੇ ਵਿੱਚ ਕਾਫੀ ਕੰਮ ਕੀਤਾ ਉਹਨਾਂ ਨੇ, ਅਤੇ ਪੰਜਾਬੀ ਫਿਲਮਾਂ 1-2 ਉਹਨਾਂ ਨੇ ਪਹਿਲਾਂ ਕੀਤੀਆਂ ਸੀ, ਪਰ ਇਹ ਦੋ ਫਿਲਮਾਂ ਦੇ ਵਿੱਚ ਅਚਾਨਕ ਗਾਇਬ ਹੋ ਗਏ ਸੀ। ਅਤੇ ਇਸ ਫਿਲਮ ਦੇ ਵਿੱਚ ਫਿਰ ਉਹਨਾਂ ਨੂੰ ਲਿਆਂਦਾ ਗਿਆ। ਐਕਟਿੰਗ ਉਹਨਾਂ ਦੀ 1 ਨੰਬਰ ਹੈ, ਅਤੇ ਉਹ ਇੱਕ ਵਿਲਨ ਵਾਲੇ ਰੋਲ ਵੀ ਕਰ ਚੁੱਕਿਆ ਫਿਲਮਾਂ ਦੇ ਵਿੱਚ। ਅਤੇ ਇਸ ਫਿਲਮ ਦੇ ਵਿੱਚ ਪਤਾ ਲੱਗੇਗਾ ਕਿ ਫਿਲਮ ਦਾ ਕੀ ਕੁਛ ਹੁੰਦਾ ਅਤੇ ਕੀ ਕੁਛ ਨਹੀਂ ਹੁੰਦਾ। ਬਾਕੀ ਤੁਸੀਂ ਇਸ ਫਿਲਮ ਨੂੰ ਵੇਖ ਕੇ, ਇਸ ਟ੍ਰੇਲਰ ਨੂੰ ਵੇਖ ਕੇ ਬਹੁਤ ਆਨੰਦ ਮਾਣੋਗੇ। ਬਾਕੀ ਹੁਣ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਵੀ ਇਸ ਫਿਲਮ ਨੂੰ ਵੇਖਣ ਜ਼ਰੂਰ ਜਾਇਓ, ਅਤੇ ਟ੍ਰੇਲਰ ਹੁਣੇ ਹੀ ਜਾ ਕੇ ਵੇਖੋ, ਅਤੇ ਫਿਰ ਸਾਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਟ੍ਰੇਲਰ ਕਿੱਦਾਂ ਦਾ ਲੱਗਿਆ। ਬਾਕੀ ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ, ਅਤੇ ਸ਼ੇਅਰ ਕਰਨਾ ਨਾ ਭੁੱਲਿਓ, ਅਤੇ ਜਲਦੀ ਜਲਦੀ ਜਾ ਕੇ ਹੁਣੇ ਟ੍ਰੇਲਰ ਵੇਖੋ।